सर क्या नाम है ਜੀ ਤੁਹਾਡਾ? ਮੇਰਾ ਹਰਪ੍ਰੀਤ ਸਿੰਘ ਛੱਗਰ ਐਡਵੋਕੇਟ। ਅੱਜ ਅੰਮ੍ਰਿਤਪਾਲ ਮਾਮਲੇ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਦੀ ਬੇਲ ਹੋਈ ਹੈ ਜੀ। ਕੌਣ ਨੌਜਵਾਨ ਸੀ ਇਹ, ਕਦੋਂ ਇਹਨਾਂ ਦੀ ਅਰੈਸਟ ਹੋਈ ਸੀ? ਇਹ ਤਿੰਨ ਨੌਜਵਾਨਾਂ ਦੀ ਅੱਜ ਬੇਲ ਬੌਂਡ ਭਰ ਕੇ ਵਾਪਸ ਆਏ ਆ ਬਾਹਰ। ਇੱਕ ਸੀਗਾ ਸਰਜੀਤ ਸਿੰਘ, ਇੱਕ ਰਾਜਦੀਪ ਸਿੰਘ ਜਿਹੜਾ ਕਿ ਪੇਸ਼ੇ ਵਜੋਂ ਵਕੀਲ ਆ, ਤੇ ਇੱਕ ਹੈਗਾ ਕਰਨੈਲ ਸਿੰਘ ਗੋਗਾ। ਇਹ ਤਿੰਨੇ ਬੇਲ ਬੌਂਡ ਭਰ ਕੇ ਅੱਜ ਬਾਹਰ ਆਏ ਆ, ਤੇ ਇਹ ਇਹਨਾਂ ਦੀ ਅਰੈਸਟ ਜਿਹੜੀ 14 ਤਰੀਕ ਨੂੰ ਹੋਈ ਸੀ ਇਸੇ ਮਹੀਨੇ, ਤੇ 21 ਤਰੀਕ ਨੂੰ ਇਹਨਾਂ ਦੀ ਬੇਲ ਫਾਈਲ ਕੀਤੀ ਸੀ। ਅੱਜ ਇਹਨਾਂ ਦੀ ਬੇਲ ਅਲਾਓ ਹੋਈ ਤੇ ਬੇਲ ਬੌਂਡ ਭਰ ਕੇ ਇਹ ਬਾਹਰ ਆ। ਜਿਹੜੇ ਭਾਈ ਜੋਗਾ ਸਿੰਘ ਹੋਣੀ ਆ ਉਹਨਾਂ ਦੀ ਬੇਲ ਕਿਉਂ ਨਹੀਂ ਹੋ ਗਈ ਨਾਲ? ਉਹਨਾਂ ਦੀ ਬੇਲ ਅਲਾਓ ਹੋ ਗਈ ਸੀ ਅੱਜ, ਉਹਨਾਂ ਦੇ ਬੇਲ ਬੌਂਡ ਨਹੀਂ ਭਰ ਹੋਏ, ਉਹਨਾਂ ਦੇ ਬੇਲ ਬੌਂਡ ਕੱਲ ਭਰ ਹੋਣੇ ਆ, ਤੇ ਉਹ ਕੱਲ ਬਾਹਰ ਆ ਜਾਣਗੇ। ਪੁਲਿਸ ਨੇ ਦਲੀਲ ਕੀ ਦਿੱਤੀ ਸੀ, ਕੀ ਦੋਸ਼ ਲਾਇਆ ਸੀ ਨੌਜਵਾਨਾਂ ਤੇ? ਪੁਲਿਸ ਦਾ ਕਹਿਣਾ ਇਹ ਸੀ ਵੀ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਮਦਦ ਕੀਤੀ ਆ ਰਹਿਣ 'ਚ ਭੱਜਣ 'ਚ, ਪਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿਹੜੀ ਪੁਲਿਸ ਆ, ਪ੍ਰੋਸੀਕਿਊਸ਼ਨ ਆ, ਇਹੀ ਦਲੀਲ ਦਿੰਦੀ ਸੀ, ਤੇ ਅਸੀਂ ਇਹ ਗੱਲ ਕਹੀ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਮੋਰ ਓਵਰ ਇਹਦੇ ਵਿੱਚ ਜਿਹੜਾ ਬੰਦੇ ਅਰੈਸਟ ਹੋ ਗਏ, ਰਿਕਵਰੀਆਂ ਹੋ ਗਈਆਂ, ਕੁਛ ਹੁਣ ਬਾਕੀ ਰਿਹਾ ਨਹੀਂ, ਇਸ ਕਰਕੇ ਬੇਲ ਅਲਾਓ। ਕੀ ਲੱਗਦਾ ਆ ਕਿ ਇਹਨਾਂ ਨੂੰ ਫਾਇਦਾ ਮਿਲੂਗਾ? ਪੰਜਾਬ 'ਚ ਸਭ ਤੋਂ ਪਹਿਲੀਆਂ ਹੀ ਇਹ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ। ਬਿਲਕੁਲ, ਬਾਕੀ ਵੀ ਜਿਹੜੇ ਬੰਦੇ ਕਸਟਡੀ ਦੇ ਵਿੱਚ ਆ ਇਹਨਾਂ ਕੇਸਾਂ ਦੇ ਵਿੱਚ, ਉਹਨਾਂ ਨੂੰ ਵੀ ਇਹ ਚੀਜ਼ ਦਾ ਫਾਇਦਾ ਮਿਲੂ।